ਭਾਰਤ ਦੇਸ਼ ਦੇ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ ਦੇ ਵਿੱਚ ਕੋਵਿਡ-19 ਦੀ ਮਹਾਮਾਰੀ ਨਾਲੋਂ ਸੜਕੀ ਹਾਦਸੇ ਜ਼ਿਆਦਾ ਖਤਰਨਾਕ ਨੇ। ਦੇਸ਼ ਦੇ ਅੰਦਰ ਹਰ ਸਾਲ ਕਰੀਬ 4.5 ਲੱਖ ਸੜਕੀ ਹਾਦਸੇ ਵਾਪਰਦੇ ਨੇ, ਜਿਨ੍ਹਾਂ ਦੇ ਵਿੱਚ 1.5 ਲੱਖ ਦੇ ਕਰੀਬ ਲੋਕਾਂ ਦੀ ਕੀਮਤੀ ਜਾਨ ਚਲੀ ਜਾਂਦੀ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੇ ਵਿੱਚ ਜਿੱਥੇ ਬਹੁਤ ਸਾਰੇ ਖੇਤਰ ਅਜਿਹੇ ਨੇ ਜਿੱਥੇ ਅਜੇ ਤੱਕ ਵੀ ਸੜਕਾਂ ਦੀ ਸਹੂਲਤ ਮੁਹੱਈਆ ਨਹੀਂ ਹੈ। ਬਹੁਤ ਸਾਰੇ ਮਾਮਲਿਆਂ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਪੀੜਤਾਂ ਤੱਕ ਡਾਕਟਰੀ ਸਹਾਇਤਾ ਦੇਰੀ ਦੇ ਨਾਲ ਪਹੁੰਚਦੀ ਹੈ ਅਤੇ ਦੇਰੀ ਹੀ ਉਹਨਾਂ ਦੀ ਮੌਤ ਦਾ ਕਾਰਨ ਬਣਦੀ ਹੈ। ਦੇਸ਼ ਦੇ ਰਾਸ਼ਟਰੀ ਮਾਰਗਾਂ ਤੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਵੇਂ ਕਿ ਡਿਵਾਈਡਰ, ਚੇਤਾਵਨੀ ਬੋਰਡ, ਸਪੀਡ ਲਿਮਿਟ, ਜੈਬਰਾ ਕ੍ਰਾਸਿੰਗ, ਓਵਰਟੇਕ ਲਾਈਨਿੰਗ ਅਤੇ SOS। ਪਰ ਸੜਕਾਂ ਤੇ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਅਹਿਮ ਅਤੇ ਜ਼ਰੂਰੀ SOS ਸੇਵਾ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੈ। SOS GSM ਅਤੇ GPS ਆਧਾਰਿਤ ਇੱਕ ਐਮਰਜੈਂਸੀ ਕਾਲਿੰਗ ਸਿਸਟਮ ਹੈ, ਜਿਸ ਦੀ ਵਰਤੋਂ ਤੁਸੀਂ ਸੜਕ ਦੇ ਉੱਪਰ ਆਪਣੇ ਵਾਹਨ ਨਾਲ ਜੁੜੀ ਹੋਈ ਕੋਈ ਵੀ ਪਰੇਸ਼ਾਨੀ ਆਉਣ ਤੇ ਕਰ ਸਕਦੇ ਹੋ। ਸੜਕ ਦੇ ਉੱਪਰ ਕੋਈ ਵੀ ਦੁਰਘਟਨਾ ਵਾਪਰਨ ਤੇ ਤੁਸੀਂ ਕਿਸ ਤਰ੍ਹਾਂ ਸਿਸਟਮ ਦੀ ਵਰਤੋਂ ਕਰਕੇ ਮਦਦ ਹਾਸਲ ਕਰ ਸਕਦੇ ਹੋ, ਇਸ ਲਈ ਤੁਹਾਡੇ ਨਾਲ ਬਹੁਤ ਹੀ ਅਹਿਮ ਅਤੇ ਜ਼ਰੂਰੀ ਜਾਣਕਾਰੀ ਵਾਲੀ ਇਹ ਵੀਡੀਓ ਸਾਂਝੀ ਕਰ ਰਹੇ ਹਾਂ। ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ। ਮੇਰਾ ਨਾਮ ਆਸ਼ਿਕ ਕਨੌਜੀਆ ਔਰ ਇਸ ਸਮੇਂ ਮੈਂ ਹੂੰ ਸਹਾਰਨਪੁਰ ਰੁੜਕੀ ਹਾਈਵੇ ਕੇ ਉੱਪਰ। ਦੇਖ ਸਕਤੇ ਹੈ ਇਸ ਹਾਈਵੇ ਕੇ ਉੱਪਰ ਹਮਨੇ ਬਹੁਤ ਟਾਈਮ ਪਹਿਲੇ ਹਮ ਲੋਗ ਬਾਤਚੀਤ ਕਰਤੇ ਹੈ ਕਿ ਰੋਡ ਕੇ ਉੱਪਰ ਐਕਸੀਡੈਂਟ ਹੋ ਜਾਤਾ ਹੈ, ਲੇਕਿਨ ਟਾਈਮ ਸੇ ਹਮੇ ਹੈਲਪ ਨਹੀਂ ਮਿਲ ਪਾਤੀ। ਉਸਕਾ ਕਾਰਨ ਕਿਆ ਹੋਤਾ ਹੈ? ਕਈ ਵਾਰੀ ਬਈ ਇਸ ਏਰੀਆ ਮੈਂ ਆਪ ਦੇਖ ਰਹੇ ਖੇਤ ਹੈ, ਕਈ ਵਾਰੀ ਹਮਾਰਾ ਮੋਬਾਈਲ ਨੈਟਵਰਕ ਕਾਮ ਨਹੀਂ ਕਰ ਪਾਤੇ ਅਗਰ ਹਮੇ ਕੋਈ ਐਮਰਜੈਂਸੀ ਹੈਲਪ ਕੀ ਜ਼ਰੂਰਤ ਹੋ ਰੋਡ ਪਰ ਐਕਸੀਡੈਂਟ ਕੇ ਟਾਈਮ ਵੀ। ਤੋ ਗਾਈਜ਼ ਇੱਕ ਆਪ ਲੋਗੋ ਕੀ ਨੌਲੇਜ ਕੇ ਲਈ ਬਹੁਤ ਅੱਛੀ ਚੀਜ਼ ਹੈ, ਐਜ਼ ਪਰ ਦਾ NHA ਗਾਈਡਲਾਈਨ ਹਰ ਇੱਕ 2 ਕਿਲੋਮੀਟਰ ਜਾਂ 1 ਕਿਲੋਮੀਟਰ ਕੇ ਡਿਸਟੈਂਸ ਮੇਂ ਇੱਕ SOS ਬੀਟ ਬਾਕਸ ਲਗਾ ਹੋਤਾ ਹੈ। SOS ਕਾ ਮਤਲਬ ਹੈ ਸੇਵ ਅਵਰ ਸੋਲ, मतलब हमारी जान बचाओ। वो कोई एमरजेंसी एक बीट बॉक्स है, वो है ये। मैं कहूंगा एक बारी इधर बीट बॉक्स की तरफ दिखा दे, इसको कहते हैं SOS बीट बॉक्स, ठीक है। इसके ऑपरेशन के बारे में हम जानते हैं। इसके अंदर इस तरीके की चीजें लगी हुई है। पहला लिखा हुआ है उपभोक्ता के लिए निर्देश, कॉल बटन दबाएं, प्रतीक्षा करें, प्रचालक से बात करें। आप इस बटन को प्रेस करेंगे तो वहां से एक बंदा ऑपरेटर आएगा, उस ऑपरेटर को आप बता सकते हैं कि सर मैं इस रोड पे हूँ और मेरे साथ इस तरीके का हादसा हो गया है, प्लीज मेरी मदद कीजिए। बट कई बार क्या होता है जब आप मोबाइल से कर रहे हो तो मोबाइल से कई बार वो आपको उसका एग्जैक्ट लोकेशन नहीं बता पाते आप। तो जब आप इससे बात करेंगे तो ये सोलर पैनल से लैस है और दूसरा इसके अंदर भी एक अपने आप में GPS लगा हुआ है, तो आप सिर्फ उसको पता लग जाएगा कि कॉल कहाँ से आ रही है, समझ रहे। तो प्लीज SOS बीट बॉक्स की अवेयरनेस सारे लोगों को दें। दस दिए कि राष्ट्रीय सड़की अते आवाजाई मंत्रालय द्वारा राष्ट्रीय मार्गां दे हर 2 किलोमीटर तो बाद SOS दा बूथ लगाए जाने दी गल आखी गई सी, पर अजे तक भी देश दे सारे राष्ट्रीय मार्गां ते सेवा दिखाई नहीं दिंदी है। जिन्हां राष्ट्रीय मार्गां दे उपर सरकार द्वारा SOS कॉलिंग दी सुविधा मुहैया करवाई गई है, ए मदद दुर्घटना दे शिकार हुए पीड़ितां लई बहुत ही मददगार साबित हो सकदी है। कीमती जाना नूं बचा सकन वाली इस अहम अते जरूरी जानकारी नूं वध तों वध अपने दोस्तां अते मित्रां दे नाल सांझा करो तां जो सड़की दुर्घटनावां वापरन ते तुरंत मिली डॉक्टरी सहायता नाल किसी दी जान बच सके। तुहानूं जेकर इह वीडियो ते जानकारी वधिया लगी होवे तां वीडियो नूं लाइक अते शेयर करना ना भुलना, इस दे नाल ही चैनल नूं सबसक्राइब भी जरूर करना। ब्यूरो रिपोर्ट, देश प्रदेश टीवी, चंडीगढ़।